ਤੁਸੀਂ ਸੁਣ ਰਹੇ ਹੋ ਦੇਸੀ ਸ਼ੇਰੋਸ਼ਾਇਰੀ ਬਿੱਟੂ ਦੇ ਨਾਲ। ਅੱਜ ਸਾਡੇ ਕੋਲ ਇੱਕ ਅਜਿਹੇ ਕਲਾਕਾਰ ਆਏ ਨੇ ਜਿਨ੍ਹਾਂ ਦੀ ਜਾਣ ਪਹਿਚਾਣ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਬੱਬੂ ਮਾਨ ਜੀ ਸਾਰੇ ਜਾਣਦੇ ਨੇ। ਸਭ ਤੋਂ ਪਹਿਲਾਂ ਬੱਬੂ ਮਾਨ ਜੀ ਨੂੰ ਅਸੀਂ ਦੇਸੀ ਰੇਡੀਓ ਵੱਲੋਂ ਇਹਦੇ ਸਰੋਤਿਆਂ ਵੱਲੋਂ ਜੀ ਆਇਆਂ ਕਹਿੰਦੇ। ਸਤਿ ਸ੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ, ਸਾਰੇ ਸਟਾਫ ਨੂੰ। ਬੱਬੂ ਮਾਨ ਜੀ, ਤੁਹਾਡਾ ਗੀਤ ਮੇਰੇ ਦਿਲ ਵਿਚ ਤੇਰਾ ਘਰ ਹੋਵੇ, ਕਦੇ ਆਇਆ ਕਰ ਕਦੇ ਜਾਇਆ ਕਰ, ਸਾਡੇ ਸਾਰੇ ਸਰੋਤਿਆਂ ਦੇ ਵਿਚ ਸਾਰੇ ਲਿਸਨਰਸ ਦੇ ਦਿਲ ਵਿਚ ਤੁਹਾਡਾ ਘਰ ਹੈ, ਔਰ ਤੁਸੀਂ ਅੱਜ ਸਾਡੇ ਇਸ ਲੰਡਨ ਦੇ ਵਿਚ ਆਏ ਹੋ, ਅਸੀਂ ਤੁਹਾਡਾ ਸਵਾਗਤ ਕਰ ਰਹੇ ਹਾਂ। ਔਰ ਤੁਸੀਂ ਪਹਿਲਾਂ ਇੱਕ ਫਿਲਮ ਬਣਾਈ ਸੀ ਹਵਾਏ, ਔਰ ਤੁਸੀਂ ਅੱਜ ਪੰਜਾਬ ਤੋਂ ਆਏ ਹੋ, ਅੱਜ ਕੱਲ ਪੰਜਾਬ ਚ ਕਿੱਦਾਂ ਦੀ ਹਵਾਵਾਂ ਚੱਲ? ਹਵਾ ਤਾਂ ਢਿੱਲੀ ਹੈ ਜਿਹੜਾ, ਦੋ ਹਵਾ ਆਪਣੇ ਜਿਆਦਾ ਚੱਲਦੀਆਂ, ਦੱਖਣ ਘੱਟ ਚੱਲਦੀ ਆ, ਪੂਰਾ ਤੇ ਪਛਮਾ, ਪੂਰਾ ਸਿਆਸਤ ਨਾਲ ਲਿਵਰੇਜ ਹੈ ਤੇ ਪਛਮਾ ਵਿਚਾਰੀ ਵੈਸੇ ਉਦਾਸ ਹੈ। ਠੀਕ ਹੈ, ਪੰਜਾਬ ਓਨਾ ਵਧੀਆ ਓਨਾ ਰੰਗਲਾ ਨਹੀਂ ਰਿਹਾ, ਸ਼ਾਇਦ ਏਦਾਂ ਦੀ ਐਫਰਟ ਕਰਦੇ ਜਿਵੇਂ ਆਪਾਂ ਕੋਸ਼ਿਸ਼ ਕਰਦੇ, ਕੁਛ ਗੀਤ ਓਦਾਂ ਦੇ ਗਾਏ ਜਾਣੇ ਆ ਕਿ ਅਸਲੀ ਫਿਲਮ ਦੇ ਵਿਚ ਜਾਂ ਕੁਛ ਫਿਲਮਾਂ ਦੇ ਜ਼ਰੀਏ ਨਿਰਾਸ਼ਾਵਾਦੀ ਹੋ ਗਏ ਨੇ ਲੋਕ, ਇਹਦਾ ਕੀ ਰੀਜ਼ਨ? ਸੱਤ ਸਫ਼ਰ ਸ਼ੁਰੂ ਹੁੰਦਾ ਸਭ ਸਿੱਧੂ ਤੋਂ, ਫਿਰ ਪੰਜ ਦਰਿਆ, ਫਿਰ ਘਟਦੇ ਘਟਦੇ ਦਰਿਆ ਵੀ ਨਾਲੇ ਬਣ ਗਏ। ਇਹ ਤਾਂ ਖੈਰ ਪੂਰੀ ਦੁਨੀਆਂ ਦੀ ਪ੍ਰੋਬਲਮ ਹੋ ਰਹੀ ਹੈ ਕਿ ਹੌਲੀ ਹੌਲੀ ਗਲੋਬਲ ਵਾਰਮਿੰਗ ਹੋ ਰਹੀ ਹੈ, ਕਿ ਹਿਮਯੁੱਗ ਬਣੂਗਾ ਇਹ ਤਾਂ ਪਤਾ ਨੀ ਰੱਬ ਜਾਣਦਾ, ਪਰ ਚੇਂਜਿਸ ਬਹੁਤ ਆ ਗਈ। ਕਿਉਂਕਿ ਪਹਿਲਾਂ ਜਿਹੜੇ ਦਰਿਆ ਦਾ ਪਤਨ ਪਹਿਲਾਂ ਅੱਧੇ ਪੰਜਾਬ ਚ ਘੁੰਮ ਕੇ ਜਾਂਦਾ ਸੀ, ਹੁਣ ਪਹਾੜਾਂ ਦੀ ਜੜਾਂ ਚ ਰਹਿ ਗਿਆ। ਤੋ ਕੁਛ ਅਸੀਂ ਵੀ ਜ਼ਿੰਮੇਵਾਰ ਆ, ਕੁਛ ਹਾਲਾਤ, ਕੁਛ ਕੁਦਰਤ ਦੀਆਂ ਕਰੋਪੀਆਂ, ਜਿਹੜੇ ਚੇਂਜਿਸ ਨੇ, ਤਬਦੀਲੀ ਕੁਦਰਤ ਦਾ ਨਿਜ਼ਮ ਆ, ਤਬਦੀਲੀ ਆਉਂਦੀ ਰਹਿੰਦੀ ਹੈ, ਹਮੇਸ਼ਾ ਆਉਣੀ ਹੈ। ਕੀ ਜਿਹੜੀਆਂ ਇਹ ਚੇਂਜਿਸ ਨੇ ਪੋਜ਼ਿਟਿਵ ਜ਼ਿਆਦਾ ਨੇ ਜਾਂ ਨੈਗੇਟਿਵ ਜ਼ਿਆਦਾ ਨੇ? ਨਹੀਂ, ਚੇਂਜਿਸ ਦੇਖੋ ਕੁਦਰਤ ਤਾਂ ਕਰਦੀ ਹੈ, ਪਰ ਇਨਸਾਨ ਕਈ ਵਾਰੀ ਉਹ ਕੁਦਰਤ ਨੂੰ ਵੀ ਤੋੜਦਾ। ਜਿੱਦਾਂ ਪਹਿਲਾਂ ਆਪਣੇ ਆਮ ਖੇਤਾਂ ਦੇ ਵੱਡਾ ਵੱਡੇ ਦਰਖਤ ਹੁੰਦੇ ਸੀ, ਹੁਣ ਆਮ ਲੋਕਾਂ ਦਾ ਹੁੰਦਾ ਕਿ ਯਾਰ ਦਰਖਤ ਜਿਹੜਾ ਇਹਦੇ ਨਾਲ ਫਸਲ ਵਰਦੀ ਹੈ, ਇਹਨੂੰ ਪੱਟ ਦੋ ਵਿਚਾਲੇ। ਇਹਦੇ ਚ ਅਸੀਂ ਜ਼ਿੰਮੇਵਾਰ ਹੈ ਦਰਖਤਾਂ ਦਾ ਘਟਣਾ, ਦਰਖਤ ਘਟੇ ਤਾਂ ਬਰਸਾਤਾਂ ਘਟੀਆਂ, ਬਰਸਾਤਾਂ ਘਟੀਆਂ ਤਾਂ ਪਾਣੀ ਘਟੀ। ਕਹਿੰਦੇ ਨੇ ਕਿ ਪੰਜਾਬੀ ਦਾ ਮੋਹ ਬੜਾ ਜ਼ਮੀਨਾਂ ਦੇ ਨਾਲ, ਉਹ ਮਾਂ ਵਾਂਗੂ ਸਮਝਦੇ ਸੀ ਆਪਣੀ ਜ਼ਮੀਨਾਂ ਨੂੰ, ਆਖਿਰ ਉਹ ਇੰਨਾ ਮੋਹ ਭੰਗ ਕਿਉਂ ਹੋ ਗਿਆ ਜਿਹੜਾ ਉਹ ਆਪਣੀਆਂ ਹੀ ਜ਼ਮੀਨਾਂ ਨੂੰ ਇਸ ਤਰ੍ਹਾਂ ਬੇਆਬਾਦ ਕਰਨ ਲੱਗ ਗਏ, ਪਾਣੀ ਪੱਖੋਂ ਜਾਂ ਦਰਖਤ ਪੱਖੋਂ? ਦੇਖੋ ਬੜਾ ਕਮਰਸ਼ੀਅਲ ਜੋਗ ਹੋ ਗਿਆ, ਹਰ ਚੀਜ਼ ਸੇਲ ਤੇ ਹੈ। ਤੁਸੀਂ ਕਿਸੇ ਬੰਦੇ ਨੂੰ ਪੁੱਛੋ ਵੀ ਜ਼ਮੀਨ ਵਧੀਆ ਵੇਚਦਾ, ਉਹ ਕਹਿੰਦਾ ਹਾਂ, ਦੱਸ ਕੇ ਦੇਣਾ। ਫਸਲਾਂ ਦੇ ਮੁੱਲ ਨਾ ਮਿਲਣਾ, ਪਾਣੀ ਦਾ ਘੱਟ ਜਾਣਾ, ਇਹ ਚੀਜ਼ਾਂ ਵੀ ਜ਼ਿੰਮੇਵਾਰ ਆ ਸ਼ਾਇਦ ਇਨਸਾਨਾਂ ਦਾ ਮੋਹ ਨਹੀਂ ਰਹਿ ਜ਼ਮੀਨ। ਤੇ ਜਦੋਂ ਤੁਸੀਂ ਹੁਣ ਕਮਰਸ਼ੀਅਲ ਗੱਲ ਕਰਦੇ ਹੋ, ਤੁਸੀਂ ਬੜਾ ਪੈਸਾ ਲਗਾ ਕੇ ਫਿਲਮਾਂ ਬਣਾ ਰਹੇ ਹੋ, ਪੰਜਾਬੀ ਦੇ ਕਈ ਕਲਾਕਾਰ ਫਿਲਮਾਂ ਬਣਾ ਰਹੇ ਨੇ, ਔਰ ਆਲਮੋਸਟ ਹੁਣ ਹਾਂਜੀ ਮੋਸਟਲੀ ਸਿੰਗਰ ਹਾਂਜੀ ਫਿਲਮਾਂ ਚ ਮਿਲਣਗੇ, ਪਰ ਬਹੁਤੇ ਜਿੰਨੇ ਵੀ ਸਾਡੇ ਕੋਲ ਸਿੰਗਰ ਆਉਂਦੇ ਨੇ ਉਹ ਕਹਿੰਦੇ ਨੇ ਕਿ ਪੰਜਾਬੀ ਫਿਲਮਾਂ ਦੇ ਜਿਹੜੇ ਪੈਸੇ ਨੇ ਪੂਰੇ ਨਹੀਂ ਹੁੰਦੇ। ਕੀ ਕੁਛ ਦੇਖੋ ਤੁਸੀਂ, ਕਲੀਅਰ ਕੱਟ ਫੰਡਾ, ਕੋਈ ਵੀ ਪ੍ਰੋਡਿਊਸਰ ਪੈਸੇ ਨਾ ਲਾਵੇ। ਮੈਂ ਪਰਸਨਲੀ ਹਰ ਬੰਦੇ ਨੂੰ ਸੁਜੈਸਟ ਕਰਦਾ ਕਿ ਜੇ ਤੁਹਾਨੂੰ ਕੋਈ ਇਹ ਕਹਿੰਦਾ ਕਿ ਪੰਜਾਬੀ ਫਿਲਮ ਬਣਾ ਲਿਆ ਯਾਰ ਬੜੀ ਕੰਮ ਸੈੱਟ, ਉਹ ਗਲਤੀ ਨਾ ਕਰਿਓ। ਜਿਹਨੂੰ ਇਹ ਸ਼ੌਕ ਆ ਉਹ ਆਪ ਪੈਸੇ ਇਕੱਠੇ ਕਰੇ ਫਿਰ ਬਣਾਵੇ। ਲਾਈ ਜਿੱਦਾਂ ਤੁਸੀਂ ਪੰਜਾਬੀ ਫਿਲਮ ਦਾ ਖਰੀਦਦਾਰ ਕੋਈ ਨੀ, ਕੋਈ ਬਾਹਰ ਨੀ। ਪੰਜਾਬ ਚ ਜਿਹੜਾ ਬਹੁਤ ਸੁਪਰ ਸਟਾਰ ਕਲਾਕਾਰ ਸਮਝਦਾ ਆਮ ਬੰਦਾ, ਉਹਨੂੰ 25 ਲੱਖ ਰੁਪਏ ਐਵੇਂ ਜੀ ਨੀ ਮਿਲਦੀ, ਮਤਲਬ ਮੈਕਸੀਮਮ ਗਰੰਟੀ ਤੁਹਾਨੂੰ 25 ਲੱਖ ਨੀ ਮਿਲਦੀ। ਤੇ ਇੰਗਲੈਂਡ ਚ ਕੋਈ ਫਿਲਮ ਖਰੀਦਦਾ ਨੀ, ਕੈਨੇਡਾ ਚ ਕੋਈ ਨੀ ਖਰੀਦਦਾ, ਆਸਟ੍ਰੇਲੀਆ ਚ ਕੋਈ ਬਾਹਰ ਨੀ ਹੈਗੇ ਆ ਬਾਹਰ, ਬਟ ਉਹ ਜਾਣ ਕੇ ਜਿੱਦਾਂ ਪਹਿਲਾਂ ਪਹਿਲਾਂ ਪ੍ਰਮੋਟਰਾਂ ਨੇ ਕੀਤਾ, ਪਹਿਲਾਂ ਉਹ ਗਾਉਣ ਵਾਲੇ ਲਿਆਉਂਦੇ ਸੀ ਬਾਹਰ, ਉਹ ਪੈਕੇਜ ਕਰ ਲੈਂਦੇ, ਹਾਂ ਵੀ ਤੈਨੂੰ 1 ਲੱਖ ਰੁਪਏ ਦੇਵਾਂਗੇ ਤੇ 2 ਮਹੀਨੇ ਗਾਉਣਾ ਤਾ, ਇੱਥੇ ਪਤਾ ਲੱਗਿਆ ਕਿਸੇ ਵਿਆਹ ਤੇ ਭੇਜਤਾ, ਕਿਸੇ ਜਗਰਾਤੇ ਤੇ ਭੇਜਤਾ, ਤੋ ਪੈਕੇਜ ਡੀਲ ਹੋ ਗਿਆ, ਉਹ ਵਿਚਾਰਾ ਦਿਹਾੜੀ ਤੇ ਤੁਰੇ ਰਹਿੰਦੇ। ਜਾਂ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗਿਆ ਕਿ ਨਹੀਂ, ਸ਼ੋਅ ਬਿਜ਼ਨਸ ਚ ਕਈ ਪ੍ਰਮੋਟਰ ਜ਼ਿਆਦਾ ਅਰਨ ਕਰ ਲੈਂਦੇ। ਸੋ ਜਿਵੇਂ ਜਿਵੇਂ ਲੋਕਾਂ ਦਾ ਮਿਊਜ਼ਿਕ ਨਾਲ ਪਿਆਰ ਵੱਧਦਾ, ਕਲਾਕਾਰ ਚ ਅਵੇਅਰਨੈਸ ਆਉਂਦੀ ਹੈ, ਤਾਂ ਉਹ ਥੋਟ ਚੇਂਜ ਹੋ ਗਏ। ਇਸੇ ਤਰ੍ਹਾਂ ਫਿਲਮਾਂ ਦਾ ਕੋਈ, ਜੇ ਤੁਸੀਂ ਆਮ ਬੰਦਾ ਫਿਲਮ ਬਣਾਉਂਦਾ ਵਿਚਾਰਾ, ਤਾਂ ਤੁਸੀਂ ਇੰਗਲੈਂਡ ਪੁੱਛੋ ਕੀ ਦਿੰਦੇ, ਉਹ ਕਹਿੰਦਾ ਦੇ ਜਾ ਯਾਰ ਫਿਲਮ ਦੇਖਾਂਗੇ, ਬਾਅਦ ਚ ਪੜਦਾ ਤਾਂ ਕਰ ਲਾਂਗੇ, ਬਾਅਦ ਵਾਲਾ ਅੱਧ ਹੁੰਦੇ ਨੀ ਕਦੇ। ਸੋ ਜਿਹਨੇ ਪੈਸੇ ਇਨਵੈਸਟ ਕੀਤੇ ਉਹ ਤਾਂ ਵਿਚਾਰਾ ਮਾਰੇਗਾ। ਜੀ ਲਾਸਟ ਈਅਰ ਇੱਕ ਫਿਲਮ ਦਿੱਤੀ ਕਿਸੇ ਕੰਪਨੀ ਨੂੰ, ਤੇ ਸਾਡੇ ਕੁਝ ਦੋਸਤ ਇਨਵੋਲਵ ਸੀ, ਅੱਗੇ ਬਹੁਤ ਵੱਡੀ ਕੰਪਨੀ ਆ ਜੀ, ਉਹ 25-50 ਹਜ਼ਾਰ ਕਰੋੜ ਦੀ ਕੰਪਨੀ। ਸਾਨੂੰ ਜਿੱਦਾਂ ਹੁੰਦੇ ਆ ਕਿ ਅਸੀਂ ਹੁਣ ਫਿਲਮ ਬਣਾ ਲਈ, ਕੰਪਲੀਸ਼ਨ ਤੱਕ ਤੁਹਾਡੇ ਉਨੀ ਮਨੀ ਨਹੀਂ ਰਹਿੰਦੀ, ਕਿਉਂਕਿ ਕਿਹੜੇ ਉੱਤੋਂ ਡਿੱਗਣੀ ਹੈ, ਨਾ 2 ਨੰਬਰ ਦੀ ਕਮਾਈ ਹੈ, ਗਾਹ ਵੀ ਕਿੰਨਾ ਲਵਾਂਗੇ, ਮਹੀਨੇ ਚ 10 ਪ੍ਰੋਗਰਾਮ 5 ਕਰ ਲਾਂਗੇ, 30 ਤਾਂ ਹੁੰਦੇ ਨੀ ਕਦੇ। ਉਹ ਕਹਿਣ ਦੀਆਂ ਗੱਲਾਂ ਕਿ ਮੈਂ ਮਹੀਨੇ ਚ 30 ਪ੍ਰੋਗਰਾਮ ਕੀਤੇ, ਇਹ ਨਹੀਂ ਹੋ ਸਕਦਾ, 4 ਜਾਂ 5 ਉਹ ਵੀ ਸੀਜ਼ਨ ਨਾਲ। ਤਾਂ ਉਹ
ਸਾਨੂੰ ਇਹ ਸੀ ਕਿ ਅਸੀਂ ਇੱਕ ਕਨਸੈਪਟ ਇੱਕ ਦੋ ਪੰਜਾਬੀ ਦੇ ਬੈਕਡ੍ਰੌਪ ਰੱਖੇ ਜਿਹਦੇ ਹਿੰਦੀ ਪੰਜਾਬੀ ਫਿਲਮਾਂ ਜਿੱਦਾਂ ਬਣਦੇ ਤੇ ਜਦੋਂ ਕਮਿਟਮੈਂਟ ਤੋਂ ਬਾਅਦ ਫਿਲਮ ਬਣੀ ਨਾ ਉਹਨਾਂ ਨੇ ਬਾਅਦ ਚ ਜਿਹੜੀ ਐਮ ਜੀ ਦੇਣੀ ਸੀ ਉਹ ਦਿੱਤੀ ਨਾ ਉਹਨਾਂ ਨੇ ਕਿਤੇ ਐਡ ਕਰੀ ਚੱਜ ਨਾਲ ਉਹ ਤਾਂ ਚਲੋ ਚੰਗੀ ਕਿਸਮਤ ਸੀ ਫਿਲਮ ਸੈੱਟ ਰਹੇਗੀ ਫਿਰ ਇਹ ਦੁੱਖ ਸੀ ਦਿਮਾਗ ਚ ਵੀ ਯਾਰ ਇੰਨੀ ਮਿਹਨਤ ਨਾਲ ਕੰਮ ਕਰਦੇ ਆ ਇਸ ਲਈ ਪੈਸ਼ਨੇਟ ਸੀ ਫਿਰ ਸਾਰੇ ਆਪਣੇ ਮੁੰਡੇ ਤਿਆਰ ਆਪਣੇ ਬੰਦੇ ਤਿਆਰ ਹੋਏ ਜੀ ਹੁਣ ਇੱਥੇ ਵੀ ਆਪਣੇ ਮੁੰਡੇ ਆ ਮੈਕਸੀ ਹੋਣੀ ਹੋ ਗਏ ਕੁਮਾਰ ਸਾਹਿਬ ਹੋਣੇ ਕੈਨੇਡਾ ਵੀ ਆਪਣੇ ਦੋਸਤ ਹੈ ਆਸਟ੍ਰੇਲੀਆ ਆਪ ਹੀ ਕਰ ਰਿਹਾ ਰਿਲੀਜ਼ ਨੂੰ ਫਸਟ ਟਾਈਮ ਤਾਂ ਹੀ ਮੈਂ ਪਰਸਨਲੀ ਹਰ ਜਗ੍ਹਾ ਘੁੰਮ ਰਿਹਾ ਕਿਉਂਕਿ ਫਿਲਮ ਕੁਆਇਟ ਡਿਫਰੈਂਟ ਹੈ ਸ਼ਾਇਦ ਇਹਦੇ ਨਾਲ ਸਿਨੇਮੇ ਨੂੰ ਇੱਕ ਮੋੜ ਆ ਜਾਏ ਨਵਾਂ ਅਸੀਂ ਮਤਲਬ ਇਹ ਤਾਂ ਨਹੀਂ ਚਾਹੁੰਦੇ ਕਿ ਤੁਸੀਂ ਫਿਲਮ ਦੀ ਕਹਾਣੀ ਦੱਸੋ ਤਾਂ ਕਿ ਲੋਕਾਂ ਦੇ ਵਿੱਚ ਉਹਦਾ ਕਰੇਜ਼ ਮਤਲਬ ਕਹਾਣੀ ਜਗ੍ਹਾ ਨਾ ਰਹੇ ਪਰ ਤੁਸੀਂ ਬੇਸ਼ੱਕ ਪੂਰੀ ਵੀ ਦੱਸ ਦੋ ਜਦ ਤੱਕ ਉਹਨੂੰ ਸਕਰੀਨ ਤੇ ਨਹੀਂ ਦੇਖਦੇ ਜੁੜ ਕੇ ਨਹੀਂ ਆਉਂਦੀ ਪਰ ਉਹ ਮਤਲਬ ਕਿ ਆਦਰਸ਼ਕ ਤੌਰ ਤੇ ਉਹਦਾ ਕੀ ਮਕਸਦ ਕੀ ਹੈ ਫਿਲਮ ਦਾ ਆਦਰਸ਼ਕ ਤੌਰ ਤੇ ਜਿਹੜੀ ਕਿਸਾਨੀ ਕਰਜ਼ੇ ਡੁੱਬ ਗਈ ਪਿੰਡਾਂ ਵਾਲੇ ਗਰੀਬ ਹੋ ਜਾਂਦੇ ਆ ਇੱਕ ਆਮ ਜਿਹੜਾ ਪਿੰਡ ਈਵਨ ਜਿਹੜੇ ਯੂਪੀ ਤੋਂ ਬੰਦੇ ਆਉਂਦੇ ਆ ਉਹਨਾਂ ਦੀ ਕੀ ਲਾਈਫ ਹੈ ਉਹ ਉਹਨਾਂ ਨੂੰ ਆਪਾਂ 100 ਰੁਪਏ ਜਾਂ 200 ਰੁਪਏ ਮਿਲਦੇ ਦੇ ਵਿਚਾਰਾਂ ਨੂੰ ਕਿਉਂਕਿ ਖੇਤੀ ਚ ਵੀ ਇੰਨੇ ਪੈਸੇ ਆਏ ਨੇ ਤੇ ਆਪਣੇ ਫੈਮਿਲੀਆਂ ਨੂੰ ਕਿਵੇਂ ਭੇਜਦੇ ਆ 10-10 ਸਾਲ ਘਰ ਨੀ ਜਾਂਦੇ ਹਨ ਇੱਕ ਨਾ ਇਹ ਫਿਲਮ ਡਾਕੂਮੈਂਟਰੀ ਸਮਝ ਲਓ ਇਹ ਕਮਰਸ਼ੀਅਲ ਘੱਟ ਹੈ ਸੋਸ਼ਲ ਜ਼ਿਆਦਾ ਕਿਉਂਕਿ ਤੁਸੀਂ ਇੱਕ ਇੱਕ ਕਿਸਮ ਦਾ ਆਪਣੀ ਕਲਾ ਦਾ ਤਾਂ ਤੁਸੀਂ ਸਵਾਦ ਲੈ ਹੀ ਰਹੇ ਹੋ ਪਰ ਉਹਦੇ ਨਾਲ ਜਿਹੜੇ ਸਮਾਜ ਲਈ ਵੀ ਉਸਾਰੂ ਕੰਮ ਕਰ ਰਹੇ ਹੋ ਅਗਰ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਮਾਜ ਦੇ ਵਿੱਚ ਹੋ ਰਹੀਆਂ ਘਟਨਾਵਾਂ ਨੇ ਜਿਹੜੀਆਂ ਨੈਗੇਟਿਵ ਘਟਨਾਵਾਂ ਹੋ ਰਹੀਆਂ ਉਹਨਾਂ ਨੂੰ ਪੋਜ਼ਿਟਿਵ ਕ੍ਰੀਏਟ ਕਰਨ ਲਈ ਜਿਹੜਾ ਇੰਨਾ ਕੰਮ ਕਰ ਰਹੇ ਹੋ ਕਿ ਤੁਹਾਨੂੰ ਲੋਕਾਂ ਦਾ ਕਿੰਨਾ ਕੁਛ ਸਹਿਯੋਗ ਮਿਲਦਾ ਇਹਦੇ ਚ ਦੇਖੋ ਫਲ ਦੀ ਕਾਮਨਾ ਨਾ ਕਰੋ ਪਹਿਲੀ ਗੱਲ ਸੋਸ਼ਲ ਦਾ ਹੈ ਕਿ ਦੁਨੀਆਂ ਚ ਤੁਸੀਂ ਇਹ ਸੀਰੀਅਸ ਸਿਨੇਮਾ ਕਹਿ ਸਕਦੇ ਹੋ ਬੜੇ ਘੱਟ ਲੋਕ ਆ ਜਿਹੜੇ ਸੀਰੀਅਸ ਸਿਨੇਮੇ ਦੇ ਸ਼ੌਕੀਨ ਆ ਜਿਹਦਾ ਸੱਤਿਆਜੀਤ ਰੇ ਸਾਹਿਬ ਸੀ ਨੋ ਡਾਊਟ ਇਹ ਫਿਲਮ ਨੂੰ ਥੋੜਾ ਫਿਲਮੀ ਤਾਂ ਬਣਾਉਣਾ ਪਊਗਾ ਤੁਹਾਨੂੰ ਜਿੱਦਾਂ ਉਹਦੇ ਚ ਰੋਮਾਂਟਿਕ ਟਰੈਕ ਜਾਂ ਗਾਣੇ ਐਡਜਸਟ ਕਰ ਲਏ ਬਟ ਉਹਦਾ ਜਿਹੜਾ ਬੈਕਡ੍ਰੌਪ ਹੁੰਦਾ ਉਹ ਬੜਾ ਸੰਸੀਅਰ ਹੁੰਦਾ ਉਹ ਬੜਾ ਸਮਾਜਿਕ ਹੁੰਦਾ ਤੇ ਵੀ ਸ਼ਾਂਤਾ ਰਾਮ ਉਹਨਾਂ ਨੇ ਪਹਿਲਾਂ ਫਿਲਮ ਬਣਾਈਆਂ ਫਿਲਮਾਂ ਗੁਰੂਦਾਸ ਸਾਹਿਬ ਨੇ ਵੀ ਇੱਕੋ ਫਿਲਮ ਇੱਦਾਂ ਤੇ ਸੀਰੀਅਸ ਸਿਨੇਮਾ ਇਹਦਾ ਰਿਸਪੌਂਸ ਦੇਖਦੇ ਹੁਣ ਕੀ ਹੈ ਵਿਦ ਇਨ ਇੰਡਸਟਰੀ ਮਤਲਬ ਕਿ ਜਿਹੜੇ ਲੋਕ ਤੁਹਾਡੇ ਕਲਾਕਾਰ ਸਾਥੀ ਨੇ ਜਾਂ ਜਿਹੜੇ ਡਾਇਰੈਕਟਰਸ ਨੇ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਪੰਜਾਬ ਚ ਬੜੀ ਅਜੀਬ ਸਿਚੁਏਸ਼ਨ ਹੈ ਕੋਈ ਕਿਸੇ ਨਾਲ ਕੋਆਪਰੇਸ਼ਨ ਨਹੀਂ ਕੋਈ ਵਿਵਾਦ ਹੁੰਦਾ ਕੋਈ ਗਾਉਣ ਵਾਲਾ ਕਿਸੇ ਨੂੰ ਫੋਨ ਨਹੀਂ ਕਰਦਾ ਕਿ ਹਾਂ ਤੇਰੇ ਨਾਲ ਨਹੀਂ ਨਥਿੰਗ ਲਾਈਕ ਦੈਟ ਸਭ ਆਪਣੇ ਆਪਣੇ ਕੰਮ ਲੈਂਦੇ ਉਹ ਕਹਿੰਦੇ ਵਧੀਆ ਹੋ ਗਿਆ ਸੈੱਟ ਪੈ ਗਿਆ ਰੌਲਾ ਤੇ ਉਹ ਸਾਡੇ ਇੱਕ ਪੰਜਾਬ ਚ ਇੱਕ ਵਿਚਾਰੇ ਆਰਟਿਸਟ ਹੈ ਸੁਰਜੀਤ ਖਾਨ ਉਹਦੇ ਪਿੱਛੇ ਕਿਸੇ ਫੰਕਸ਼ਨ ਤੇ ਗੋਲੀ ਲੱਗੀ ਅਚਨਚੇਤ ਚੱਲ ਗਈ ਜਾਂ ਅਚਨਚੇਤ ਹੀ ਖੈਰ ਚੱਲੀ ਹੈ ਕਸੂਰਵਾਰ ਨੇ ਕਸੂਰਵਾਰ ਤਾਂ ਹੈ ਕਿ ਹਾਲਾਤ ਏਦਾਂ ਦੇ ਹੋ ਗਏ ਕਿ ਬੰਦੇ ਨੇ ਕਿਸੇ ਨੇ ਡਰਿੰਕ ਕੀਤੀ ਗੜੇ ਉਹਦਾ ਕਿਸੇ ਨੇ ਅਜੇ ਤੱਕ ਅਖਬਾਰ ਚ ਕਵਰੇ ਲਈ ਇੰਨੇ ਚੰਗੇ ਆਰਟਿਸਟ ਪੰਜਾਬ ਦੇ ਸਾਰੇ ਪੰਜਾਬ ਨੂੰ ਬੜਾ ਮਾਣ ਰਿਹਾ ਬੜਾ ਗੌਰਵ ਰਿਹਾ ਆਪਣੇ ਵਿਰਸੇ ਤੇ ਆਪਣੇ ਇਤਿਹਾਸ ਤੇ ਆਖਿਰ ਇਹ ਰੰਗ ਇਹਨੇ ਕੱਚੇ ਕਿੱਦਾਂ ਹੋ ਗਏ ਰੰਗ ਦੇਖੋ ਇੱਕ ਤਾਂ ਮਹਿੰਗਾਈ ਬਹੁਤ ਹੋ ਗਈ ਆਮ ਬੰਦੇ ਦੇ ਵੱਸ ਦਾ ਨੀ ਨਿੱਜੀ ਜਨ ਜੀਵਨ ਬਹੁਤ ਮਹਿੰਗਾ ਹੋ ਗਿਆ ਕੀਮਤਾਂ ਫਸਲਾਂ ਦੀਆਂ ਉੱਥੇ ਖੜੀਆਂ ਲੋਕਾਂ ਦੇ ਜਿਹੜੇ ਵਿਚਾਰੇ ਮਜ਼ਦੂਰ ਉਹਨਾਂ ਦੀਆਂ ਦਿਹਾੜੀਆਂ ਉੱਥੇ ਖੜੀਆਂ ਪਰ ਵਕਤ ਦੀ ਰਫ਼ਤਾਰ ਬਦਲ ਗਈ ਲਗਜ਼ਰੀ ਸਲਾਈ ਬਹੁਤ ਹੋ ਗਈ ਇਸ ਕਰਕੇ ਰੰਗ ਮੱਧਮ ਪੈਣੇ ਸੁਭਾਵਿਕ ਹੈ ਜਿਹੜੀ ਕੈਪਟਾ ਇਨਕਮ ਜਿਹੜੀ ਪਰ ਕੈਪਟਾ ਪਰ ਸੋਚਦੇ ਨਾ ਉਹ ਤਾਂ ਬੜੇ ਘੱਟ ਲੋਕਾਂ ਲਈ ਜਿਹੜੇ ਬਹੁਤ ਜਿਹੜੇ ਸ਼ੇਅਰ ਮਾਰਕੀਟ ਚ ਵਿਚਰਦੇ ਆਮ ਬੰਦੇ ਲਈ ਤਾਂ ਉਹੀ ਹਾਲਾਤ ਆਮ ਤੌਰ ਤੇ ਮਤਲਬ ਮੀਡੀਆ ਦੇ ਵਿੱਚ ਇਹ ਕਿਹਾ ਜਾਂਦਾ ਕਿ ਜਿਹੜਾ ਸਾਡਾ ਮੁਲਕ ਆ ਬੜਾ ਤਰੱਕੀ ਕਰ ਰਿਹਾ ਇੱਥੇ ਉਹਦਾ ਮਤਲਬ ਯਾਨੀ ਕਿ ਗਰਾਸ ਰੂਟ ਤੇ ਕੀ ਕੀ ਸਿਚੁਏਸ਼ਨ ਹੈ ਕਿਉਂਕਿ ਤੁਸੀਂ ਉੱਥੇ ਰਹਿੰਦੇ ਹੋ ਸੜਕਾਂ ਵਾਲੇ ਨੂੰ ਤਰੱਕੀ ਨਹੀਂ ਕਿਹਾ ਜਾਂਦਾ ਸੜਕਾਂ ਤੇ ਵੱਡੀਆਂ ਗੱਡੀਆਂ ਨੂੰ ਵੀ ਤਰੱਕੀ ਨਹੀਂ ਕਿਹਾ ਜਾਂਦਾ ਤਰੱਕੀ ਹੁੰਦੀ ਹੈ ਕਿ ਜਦੋਂ ਹਰ ਬੰਦੇ ਨੂੰ ਰੋਟੀ ਮਿਲੇ ਹਰ ਬੰਦੇ ਦੀ ਜ਼ਿੰਦਗੀ ਸਮੂਥ ਹੋਵੇ ਉਹ 80% ਲੋਕ ਮਹਿਫੂਜ਼ ਆ ਤੋਂ ਆਪਣੀ ਯਾਨੀ ਕਿ ਅਖੌਤੀ ਆਜ਼ਾਦੀ ਮਿਲੀ ਨੂੰ ਇੰਨੇ ਲੰਬੇ ਵਰੇ ਹੋ ਗਏ ਨੇ ਪਰ ਉਹਦੇ ਬਾਵਜੂਦ ਕੀ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਹੈ ਉੱਥੇ ਇੱਕ ਆਜ਼ਾਦੀ ਹੁੰਦੀ ਹੈ ਇੱਕ ਹੁੰਦੀ ਹੈ ਕਿ ਹਾਲਾਤ ਦੀ ਆਜ਼ਾਦੀ ਉਹ ਕਦੇ ਵੀ ਨਹੀਂ ਮਿਲਦੀ ਕਈ ਮੁਲਕਾਂ ਚ ਬੋਲਣ ਦੀ ਆਜ਼ਾਦੀ ਅਜੇ ਨਹੀਂ ਉੱਥੇ ਮੀਡੀਆ ਇੰਨਾ ਸਟਰੋਂਗ ਹੈ ਉੱਥੇ ਮੀਡੀਆ ਚ ਬੜੀ ਪਾਰਸ਼ਲਿਟੀ ਹੈ ਸਿਫਾਰਸ਼ੀ ਬਹੁਤ ਕੰਮ ਖਬਰ ਵੀ ਸਿਫਾਰਸ਼ ਨਾਲ ਲੱਗਣੀ ਬਹੁਤ ਬਹੁਤ ਜਿਹੜੇ ਵਧੀਆ ਲੋਕ ਜਿਹੜੇ ਗਾਉਣ ਵਾਲੇ ਤੋਂ ਬਿਨਾਂ ਹੋਰ ਵੀ ਬਹੁਤ ਕੰਮ ਹੈ ਬਹੁਤ ਸਾਰੇ ਪੱਤਰਕਾਰ ਵੀ ਚੰਗੇ ਹੈ ਬਹੁਤ ਪੇਂਟਰ ਬਹੁਤ ਚਿੱਤਰਕਾਰ ਬਹੁਤ ਵੱਡੇ ਵੱਡੇ ਸ਼ਾਇਰ ਹੈ ਜਿਨ੍ਹਾਂ ਦੀ ਕਦੇ ਫੋਟੋ ਨਹੀਂ ਲੱਗਦੀ ਬਹੁਤ ਏਦਾਂ ਦੇ ਵੀ ਗਾਇਕ ਹੈ ਜਿਹੜੇ ਇਹਦਾ ਕੋਈ ਨਾਂ ਨਿਸ਼ਾਨ ਵੀ ਨਹੀਂ ਹੁੰਦਾ ਉਹਨਾਂ ਦੀ ਖਬਰ ਲੱਗਦੀ ਹੈ ਵਤਨ ਪਰਤੇ ਇੰਗਲੈਂਡ ਦੀ ਫੇਰੀ ਤੋਂ ਮੈਂ ਇੱਥੇ ਹੱਸਦਾ ਸੀ ਮੈਂ ਕਿਹਾ ਮੈਨੂੰ ਘੁਮਾਓ ਯਾਰ ਦੇਖਾਂ ਤੁਸੀਂ ਕਿਹੜੀ ਫੇਰੀ ਤੋਂ ਵਾਪਸ ਜਾਂਦਾ ਇੱਕ ਪੱਬ ਚ ਤੁਸੀਂ 10 ਬੰਦਿਆਂ ਨਾਲ ਬੈਠ ਉੱਥੇ ਮਾਈਕ ਰੱਖ ਕੇ ਗਾਉਣ ਨਾਲ ਜੇ ਉਹ ਫੇਰੀ ਹੈ ਤਾਂ ਏਦਾਂ ਦੀਆਂ ਫੇਰੀਆਂ ਦਾ ਕੋਈ ਫਾਇਦਾ ਨਹੀਂ